पंचायती चोणां तों पहलां पिंड दे विच वड्डी वारदात वापरी है जिथे एक ड्राइवर नूं गोली मारी गई है। ट्रक चलाउंदे इस ड्राइवर दे उत्ते फायरिंग कीती गई है ते गोली इस ड्राइवर दी छाती च जाके लगी है, जिस तों बाद जख्मी ड्राइवर खुद ही पुलिस दे कोल पहुंचिया है अते उसनूं बाद विच हस्पताल च दाखल करवाया गया है। मामला समाणा तों सामने आया जिथे पटियाला सड़क ते देर रात ਇਹ ਵਾਰਦਾਤ ਵਾਪਰੀ ਹੈ ਜਿੱਥੇ ਪੁਲਿਸ ਨੂੰ ਪਹਿਲੇ ਇੱਕ ਫੋਨ ਕਾਲ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਪਿੰਡ ਦੇ ਚੌਂਕ ਦੇ ਵਿੱਚ ਦੋ ਧਿਰਾਂ ਆਪਸ 'ਚ ਭਿੜ ਰਹੀਆਂ ਨੇ, ਲੜਾਈ ਚੱਲ ਰਹੀ ਹੈ। ਪਰ ਜਦੋਂ ਪੁਲਿਸ ਉੱਥੇ ਮੌਕੇ 'ਤੇ ਪਹੁੰਚਦੀ ਹੈ ਤਾਂ ਸਾਰਾ ਥਾਂ ਹੀ ਸੁੰਨਸਾਨ ਹੁੰਦਾ ਹੈ, ਉੱਥੇ ਕੋਈ ਵੀ ਮੌਜੂਦ ਨਹੀਂ ਹੁੰਦਾ ਹੈ ਤੇ ਥੋੜ੍ਹੀ ਹੀ ਦੇਰ ਬਾਅਦ ਇੱਕ ਜ਼ਖਮੀ ਡਰਾਈਵਰ ਇਸ ਪੁਲਿਸ ਮੁਲਾਜ਼ਮ ਦੇ ਕੋਲ ਪਹੁੰਚਦਾ ਹੈ ਤੇ ਕਹਿੰਦਾ ਹੈ ਕਿ ਉਸਨੂੰ ਗੋਲੀ ਲੱਗੀ ਹੈ, ਗੋਲੀ ਮਾਰ ਕੇ ਹਮਲਾਵਰ ਫਰਾਰ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਜਿਸ ਨੂੰ ਗੋਲੀ ਲੱਗੀ ਜੋ ਜ਼ਖਮੀ ਹੋਈ ਇੱਕ ਟਰੱਕ ਡਰਾਈਵਰ ਹੈ ਜੋ ਕਿ ਟਰੱਕ ਚਲਾ ਰਿਹਾ ਸੀ ਤੇ ਉਸੇ ਦੌਰਾਨ ਹੀ ਉਸ ਤੇ ਫਾਇਰਿੰਗ ਹੋਈ ਹੈ। ਗੋਲੀ ਉਸ ਦੀ ਛਾਤੀ 'ਚ ਜਾ ਕੇ ਲੱਗੀ ਹੈ ਜਿਸ ਕਰਕੇ ਉਹ ਜ਼ਖਮੀ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਹ ਟਰੱਕ ਡਰਾਈਵਰ ਕੈਥਲ ਸਾਈਡ ਤੋਂ ਚੰਨੋਵਾਲ ਜਾ ਰਿਹਾ ਸੀ ਤੇ ਰਾਮਨਗਰ ਤੋਂ ਕਰੀਬ 2 ਕਿਲੋਮੀਟਰ ਦੂਰੀ ਤੇ ਹੀ ਉਸ ਤੇ ਫਾਇਰਿੰਗ ਕੀਤੀ ਗਈ। ਸਿੱਧੀ ਗੋਲੀ ਜਿਹੜੀ ਹੈ ਸਾਹਮਣੇ ਸ਼ੀਸ਼ੇ ਤੋਂ ਤੋੜਦੀ ਹੋਈ ਉਸ ਦੀ ਛਾਤੀ ਦੇ ਵਿੱਚ ਜਾ ਲੱਗੀ ਹੈ। ਡਰਾਈਵਰ ਦਾ ਨਾਮ ਮਸਤਾਨ ਸਿੰਘ ਦੱਸਿਆ ਜਾ ਰਿਹਾ ਹੈ, ਜੋ ਖੁਦ ਹੀ ਬਾਅਦ ਵਿੱਚ ਚੌਂਕ 'ਚ ਖੜੀ ਪੁਲਿਸ ਦੇ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਮੇਰੇ 'ਤੇ ਹਮਲਾ ਹੋਇਆ ਹੈ, ਮੈਨੂੰ ਗੋਲੀ ਮਾਰੀ ਗਈ ਹੈ। ਗੋਲੀ ਮਾਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਕਿ ਕਿਸ ਦੇ ਵੱਲੋਂ ਉਸ 'ਤੇ ਫਾਇਰਿੰਗ ਕੀਤੀ ਗਈ ਹੈ। ਫਿਲਹਾਲ ਟਰੱਕ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਆਸ ਪਾਸ ਦੇ CCTV ਕੈਮਰੇ ਖੰਗਾਲੇ ਜਾ ਰਹੇ ਨੇ। ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਫੋਨ ਕਾਲ ਕਿਸ ਦੇ ਵੱਲੋਂ ਆਈ ਸੀ ਅਤੇ ਕਿਸ ਦੀ ਲੜਾਈ ਹੋਈ ਸੀ, ਕਿਉਂਕਿ ਇੱਥੇ ਲੜਾਈ ਵਾਲਾ ਕੋਈ ਮਾਹੌਲ ਨਜ਼ਰ ਨਹੀਂ ਆਇਆ। ਬਲਕਿ ਇੱਕ ਟਰੱਕ ਡਰਾਈਵਰ ਜੋ ਜ਼ਖਮੀ ਸੀ ਖੁਦ ਹੀ ਉਹਨਾਂ ਦੇ ਕੋਲ ਪਹੁੰਚਿਆ ਹੈ ਅਤੇ ਦੱਸਿਆ ਹੈ ਕਿ ਉਸ 'ਤੇ ਹਮਲਾ ਹੋਇਆ ਹੈ। ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿਸ ਤਰ੍ਹਾਂ ਸਾਰੀ ਘਟਨਾ ਦੱਸੋ। ਇਹ ਜੀ ਇੰਟਰਸਟੇਟ ਨਾਕਾ ਸਾਡਾ ਲੱਗਿਆ ਹੋਇਆ ਸੀ, ਸਾਨੂੰ 11 ਵਜੇ ਅਸੀਂ ਮਿਲੇ ਸੀ ਚੌਂਕ 'ਚ ਆਏ, ਇੱਥੇ ਕੋਈ ਲੜਾਈ ਝਗੜਾ ਹੋ ਰਿਹਾ ਪਰ ਉਸ ਟਾਈਮ ਕੋਈ ਮੌਜੂਦ ਨਹੀਂ ਸੀ ਜੀ। ਅਤੇ ਇੱਧਰੋਂ ਬੰਦਾ ਤੁਰ ਕੇ ਪਟਿਆਲੇ ਸਾਈਡ ਤੋਂ ਆਇਆ, ਕਹਿੰਦੇ ਕਿ ਅਸੀਂ ਮੇਰੇ ਗੋਲੀ ਮਾਰ ਗਏ ਅਤੇ ਉਹ ਕਹਿੰਦੇ ਮੈਨੂੰ ਬੰਦਾ ਦੀ ਮਾਰੀ ਕਹਿੰਦੇ ਆ ਵੀ ਮੈਂ ਤਾਂ ਗੋਲੀ ਮਾਰ ਕੇ ਸਾਡੇ ਕੋਲ ਆਇਆ ਸੀ, ਤਾਂ ਬੰਦਾ ਮਿੱਟੋ ਮਿੱਟੀ ਗੱਡੀ ਸਾਡੇ ਸਰਕਾਰੀ ਹੈ ਜੀ, ਉਹਦਾ ਪ੍ਰਬੰਧ ਕਰਕੇ ਮਿੱਟੋ ਮਿੱਟੀ ਰਜਿੰਦਰਾ ਹੋਸਪਿਟਲ ਦਾਖਲ ਕਰਾ ਗਿਆ ਜੀ। ਉਹਨੂੰ ਦਾਖਲ ਕਰਾ ਕੇ ਹਾਂ ਜੀ, ਪਤਾ ਲੱਗਿਆ ਜਿਹੜਾ ਡਰਾਈਵਰ ਹੈ ਗੱਡੀ ਕਿੱਥੋਂ ਮਾਲ ਲੈ ਗਿਆ ਰੱਖਿਆ? ਇਹ ਗੱਡੀ ਚੀਕੇ ਦਾ ਡਰਾਈਵਰ ਆਏ ਅਤੇ ਇਹਨੇ ਉੱਥੇ ਚੰਨੋਂ ਜਾਣਾ ਸੀ ਲੈ ਕੇ, ਚੰਨੋਂ ਜਾਣਾ ਸੀ ਹਾਂਜੀ। ਇਹ ਕਹਿੰਦਾ ਸੀਗਾ ਵੀ ਤੂੰ ਇੱਧਰ ਨੂੰ ਜਾ ਰਿਹਾ, ਕਹਿੰਦਾ ਜੀ ਮੈਂ ਜਾਂਦਾ ਇੱਧਰ ਨੂੰ ਹਾਂ। ਅੱਛਾ, ਜਾਣਾ ਤੂੰ ਇੱਧਰ ਨੂੰ ਸੀ ਨਾ? ਹਾਂ, ਇਹ ਕਹਿੰਦਾ ਵੀ ਮੈਂ ਜਾਂਦਾ ਵੀ ਮੈਂ ਬਾਇਆ ਪਟਿਆਲਾ ਜਾਂਦਾ ਜੀ। ਨਾਮ ਕੀ ਹੈ ਜਿਹੜਾ ਬੰਦਾ ਜ਼ਖਮੀ ਹੋਇਆ? ਹਾਂਜੀ, ਜਿਹੜਾ ਬੰਦਾ ਜ਼ਖਮੀ ਗੋਲੀ ਲੱਗੀ ਹੈ ਉਹਦਾ ਨਾਮ ਕੀ ਹੈ? ਕੁਲਜੀਤ ਸਿੰਘ, ਜਿਹੜਾ ਡਰਾਈਵਰ ਜ਼ਖਮੀ ਹੋਇਆ ਉਹਦਾ ਨਾਮ ਕੀ ਹੈ? ਮਸਤਾਨ ਸਿੰਘ ਜੀ, ਸਾਨੂੰ ਪਿਆਰਾ ਸਿੰਘ ਬਾਸੀ ਕਕਰਾਲਾ ਜੀ ਅਤੇ PS ਭਾਗਲ ਨਾਓ ਸਿਉਮਣ ਹੈ ਜੀ, ਸਿਉਣ ਸਿਉਣ ਸਿਵਣ ਹਾਂਜੀ, ਜ਼ਿਲ੍ਹਾ ਕੈਥਲ, ਕੈਥਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਂਜੀ ਹਾਂਜੀ। ਅਤੇ ਇਕੱਲਾ ਸੀ, ਕਨੇਡਾ ਨਹੀਂ ਸੀ? ਇਕੱਲਾ ਸੀ, ਇਕੱਲਾ ਜੀ। ਅਤੇ ਦੱਸਿਆ ਨੇ ਮਲ ਕੀ ਲੈ ਕੇ ਜਾ ਰਹੇ ਸਾਂ? ਇਹ ਪੋਰਟਰ ਆ ਜੀ, ਪੋਰਟਰ ਜਿਹੜਾ ਆਪਣਾ ਕੁਰਕਰੇ ਨਹੀਂ ਬਣਦੇ? ਕੁਰਕਰੇ ਬਣਦੇ ਹਾਂਜੀ। ਉਹਦੇ ਪੋਰਟਰ ਚੰਨੋ ਜਾਣਾ, ਚੰਨੋ ਜਾਣਾ ਉਹਨੇ ਉਸਕੇ ਕਹੇ ਮੁਤਾਬਿਕ। ਹਾਂਜੀ। ਇਸ ਟਾਈਮ ਹਾਲਤ ਕੀ ਹੈ ਉਹਦੀ? ਠੀਕ ਹੈ ਜੀ, ਹੁਣ ਤਾਂ ਕੋਈ ਮਤਲਬ ਪੁਲਿਸ ਦੀ ਕੀ ਕਾਰਵਾਈ ਚੱਲ ਰਹੀ? ਰਾਤ ਦੀ ਲੱਗੀ ਹੋਈ ਪੁਲਿਸ ਤੋਂ? ਹਾਂ, ਲੱਗੀ ਹੋਈ, ਕੈਮਰੇ ਕੁਮਰੇ ਘਾਲਦੇ ਜੀ ਸਾਰੇ, ਸਾਰੀ ਟੀਮਾਂ ਸਾਡੀ ਰਾਤ ਦੀਆਂ ਫਿਰ ਰਹੀਆਂ ਜੀ। ਕੋਈ ICC ਫੁਟੇਜ ਦੇ ਵਿੱਚ ਕੋਈ ਨਹੀਂ? ਅਜੇ ਕੋਈ ਨਹੀਂ ਆਈ ਹੈ ਜੀ। ਕੁਛ ਪਤਾ ਲੱਗਿਆ ਵੀ ਕਹਿੰਦੇ ਕੁਛ ਪਾਰਟੀਆਂ ਇਕੱਠੀਆਂ ਤੁਹਾਡੇ ਕੋਲ, ਮੰਨ ਲਓ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕਾਲ ਆਈ ਹੋਵੇ ਵੀ ਬੰਦੇ ਇਕੱਠੇ ਹੋ ਰਹੇ ਇਸ ਸਾਈਡ 'ਤੇ? ਕੋਈ ਉਸ ਟਾਈਮ ਕੋਈ ਨਹੀਂ ਜਾਈਏ, ਕਿਉਂ ਚਾਰ ਸਾਹਿਬ ਵੀ ਕੋਈ ਲਾਈ ਜਾ ਕਹਿੰਦਾ ਫੋਨ ਆਇਆ ਪਰ ਉਸ ਟਾਈਮ ਚੌਂਕ 'ਚ ਕੋਈ ਬੰਦਾ ਮੌਜੂਦ ਨਹੀਂ। ਅੱਛਾ, ਜਦ ਸਾਹਿਬ ਕੋਈ ਫੋਨ ਆਇਆ ਸੀ? ਹਾਂ। ਪਰ ਜਿਸ ਟਾਈਮ ਤੁਸੀਂ ਗਏ ਦੇਖਣ ਉੱਥੇ ਕੋਈ ਮਿਲਿਆ ਨਹੀਂ? ਨਹੀਂ, ਉੱਥੇ ਕੋਈ ਮਿਲਿਆ। ਪਰ ਇਹ ਡਰਾਈਵਰ ਆਇਆ ਜਾਂ ਜ਼ਖਮੀ ਸੀ ਗੱਡੀ ਫੇਰ? ਹਾਂ ਹਾਂਜੀ ਹਾਂਜੀ। ਫਿਰ ਕਿੰਨੇ ਵਜੇ ਅਬਾਊਟ ਦਾਖਲ ਕਰਾਤਾ ਇਹਨੂੰ? ਜਾ ਕੇ ਅੱਧੇ ਘੰਟੇ ਜਾ ਕੇ ਨਾ ਦਾਖਲ ਕਰਾਇਆ ਜੀ। ਬਸ ਠੀਕ, ਕਾਰਵਾਈ ਚੱਲ ਰਹੀ ਹੈ? ਹਾਂਜੀ, ਕਾਰਵਾਈ ਚੱਲ ਰਹੀ।